जिला जालंधर के नकोदर के गौंस मोहल्ले में उस समय दहशत का माहौल हो गया जब मोहल्ले में बने एक सैलून में करीब 8-10 युवक मोटरसाइकिलों पर सवार होकर आए और सैलून में घुसकर तोड़फोड़ की और एक युवक पर तेजधार हथियार से हमला कर दिया और दूसरे को गोली मार दी। इस संबंधी जानकारी देते हुए पीड़ित हर्ष ने बताया कि बीती 15 अगस्त को उनका किसी बात को लेकर विवाद हो गया था। इसी रंजिश के चलते उक्त लोग आज सैलून में आए और मारपीट करने लगे। वहीं इस मामले में पुलिस अधिकारी ने कहा कि इस हमले का कारण पुरानी रंजिश है या फिर नहीं, अभी इस बात का पता लगाना बाकी है। फिलहाल इस मामले की जांच की जा रही है। नकोदर से पंकज शर्मा की रिपोर्ट। की नाम जी? हर्ष। की गलबात हुई है? ये जी 15 अगस्त से रोला चली जाता वा, ये ना साडे मगर पे सके ते मोटरसाइकिल बकायदा फोन नंबर ते फोन करके थाने दिता, थाने वाले ने पता नहीं पैसे लेके बार बार उन्होंने मोटरसाइकिल दे दिता। साडा कोई गलबात नहीं की, अभी भी छड़ दी। हुण ये आए आ, उस तो बाद अज आए आ सलून दे वड्डे भरा नूं कुट्टण दे सीगे। मैं जदों गया माता नाल दुध लै के, दुकान अही बंद करके कट्ठे जाईदा ना, ਤੇ ਜਦੋਂ ਗਏ ਤਾਂ ਇਹਨੂੰ ਕੁੱਟਣ ਦੇ ਸੀਗੇ। ਫਿਰ ਜਦੋਂ ਅਸੀਂ ਛੜਾਇਆ ਬਾਹਰ ਕੱਢਿਆ, ਅਸੀਂ ਅੰਦਰ ਸਮੂਹ ਨੂੰ ਲੋਕ ਲਾ ਲਿਆ ਸੀਗਾ। ਉਹ ਮਿਰਰ ਦੇ ਕਰਕੇ ਨਾ ਐਲਮੀਨੀਅਮ ਦੇ ਸ਼ੀਸ਼ੇ ਆ, ਉਹਨਾਂ ਨੇ ਸ਼ੀਸ਼ਾ ਭੰਨ ਕੇ ਫਾਇਰ ਕੱਢ ਦਿੱਤਾ ਜੀ ਕੁੱਟੇ ਦੇ ਲੱਗਾ। ਕਿਹੜੀ ਪਿਸਟਲ ਕਿਹੜੀ ਸੀਗੀ ਪਤਾ ਲੱਗਾ? ਤੇ ਕਿੱਥੇ ਕਰਕੇ ਆਪਣੀ ਦੁਕਾਨ? ਆਪਣੀ ਜੀ ਨਿਊ ਜਨਤਾ ਮੰਡਲ ਹਾਈ ਸਕੂਲ ਦੇ ਨਾਲ ਹੀ ਆ ਬਿਲਕੁਲ। ਕਿੰਨੇ ਜਣੇ ਸੀਗੇ, ਕੌਣ ਸੀਗੇ? 8-10 ਜਣੇ ਆ ਜੀ, ਵਿੱਚ ਉਹੀ ਬੋਰਾ ਵਾ ਜੀ, ਅਮਤੀ ਨਰੇਸ਼ ਇਹਨਾਂ ਦਾ ਨਾਮ ਪਤਾ ਵਾ, ਇਹੀ ਸੀਗੇ ਪਿਛਲੀ ਵਾਰੀ ਵੀ। ਅੱਛਾ, ਬਾਕੀ ਇਹਨਾਂ ਦੇ ਯਾਰ ਦੋਸਤ ਸੀਗੇ। ਇਹ ਪੁਰਾਣੀ ਰੰਜਿਸ਼ ਚੱਲ ਰਹੀ ਤੁਹਾਡੀ? 15 ਅਗਸਤ ਦੀ ਰੰਜਿਸ਼ ਚੱਲ ਰਹੀ ਹੈ। ਹਾਂਜੀ ਸਰ, ਨਾਮ ਕੀ ਆ ਇਹਨਾਂ ਦੇ? ਰਾਮ ਕੁਮਾਰ ਤੇ ਹਰਸ਼, ਦੋਨੇ ਪੁੱਤਰ ਸੀਤਲ ਮਾਸੀ ਮਾਰ। ਤੇ ਗੱਲਬਾਤ ਕੀ ਹੋਈ ਆ? ਗੱਲਬਾਤ ਦਾ ਸਾਨੂੰ ਨੇ ਕੋਈ ਪੁਰਾਣੀ ਰੰਜਿਸ਼ ਆ ਜਾਂ ਨਵੀਂ ਰੰਜਿਸ਼ ਆ ਇਹਦਾ ਬਾਰੇ ਸਾਨੂੰ ਨਹੀਂ ਕੋਈ ਬੜਾ ਦਿਖਣ ਲੱਗਾ। ਉਹਨਾਂ ਦੇ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦੇ ਕਿ 15 ਅਗਸਤ ਨੂੰ ਇੱਕ ਮਾਮੂਲੀ ਜੀ ਗੱਲ ਹੋਈ ਸੀਗੀ, ਝਗੜਾ। ਕੋਈ ਸਾਡੇ ਕੋਲ ਇਹ ਨੌਲੇਜ ਕੋਈ ਨਹੀਂ ਜੀ, ਸਾਡੇ ਕੋਲ ਨੌਲੇਜ ਹੁੰਦਾ ਤਾਂ ਸਾਨੂੰ ਨਹੀਂ ਪਤਾ। ਤੇ ਸਰ, ਗੋਲੀਆਂ ਕਿੰਨੀਆਂ ਚੱਲ? ਜ਼ਿਆਦਾਤਰ ਜਿਹੜੇ ਮੁੰਡੇ ਆ ਲੜਾਈ ਝੜਾ ਕਰਦੇ, ਆਪ ਵੀ ਇਹਨਾਂ ਦਾ ਰਾਜੀਨਾਮਾ ਆਪ ਨੇ ਕਰ ਲਈ, ਉਸ ਤੋਂ ਬਾਅਦ ਹੀ ਪਤਾ ਲੱਗਦਾ ਪੁਲਿਸ ਜਦੋਂ ਵੱਧ ਜਾਂਦੇ ਰਹੇ। ਤੇ ਸਰ, ਗੋਲੀਆਂ ਕਿੰਨੀਆਂ ਚੱਲੀਆਂ? ਗੋਲੀਆਂ ਬਾਰੇ ਤਾਂ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੱਲੀਆਂ। ਤੇ ਇੱਕ ਵਿਅਕਤੀ ਤੇ ਲੱਗੀ ਕਿ ਦੋਵਾਂ ਦੇ ਲੱਗੀ ਆ? ਪਹਿਲਾਂ ਇੱਕ ਦੇ ਲੱਗੀ ਆ। ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਜੋ ਬਿਆਨ ਦੇਣ ਦੀ ਉਸ ਹਾਲਤ ਆ ਰਹੀ।